ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਰੇਲਵੇ ਸਟੇਸ਼ਨ ਵਿਖੇ ਮਿਨਿਸਟਰ ਆਫ ਸਟੇਟ ਫਾਈਨੈਂਸ ਅਨੁਰਾਗ ਠਾਕੁਰ ਦੇ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੁਆਰਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਸਕੱਤਰ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ। ਉਧਰ ਦੂਜੇ ਪਾਸੇ ਫਗਵਾੜਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਚਾਚੋਕੀ, ਅਵਤਾਰ ਮੰਡ ਪ੍ਰਦੀਪ ਅਹੂਜਾ ਅਤੇ ਸੰਜੇ ਚਾਹਲ ਨੇ ਅਨੁਰਾਗ ਠਾਕੁਰ ਨੂੰ ਗੁਲਦਸਤਾ ਅਤੇ ਸ਼ਾਲ ਭੇਟ ਕਰ ਸਨਮਾਨਿਤ ਕੀਤਾ। ਦਰਅਸਲ ਅਨੁਰਾਗ ਠਾਕੁਰ ਗੁਰਾਇਆ ਸ਼ਹਿਰ ਚ ਵਿਆਹ ਸਮਾਰੋਹ ਲਈ ਆਏ ਹੋਏ ਸਨ। ਇਸ ਮੌਕੇ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਉਹ ਨੂਰ ਮਹਿਲ ਚ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਦਿਵਯ ਜੋਤੀ ਆਸ਼ਰਮ ਜਾਣਗੇ ਅਤੇ ਸੋਮਵਾਰ ਸਵੇਰੇ ਉਨਾ ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨਗੇ। ਦੂਜੇ ਪਾਸੇ ਫਗਵਾੜਾ ਭਾਜਪਾ ਨੇਤਾ ਅਵਤਾਰ ਮੰਡ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਕੇਂਦਰੀ ਸਰਕਾਰ ਤੇ ਮੰਤਰੀ ਦੇ ਦੌਰੇ ਦੌਰਾਨ ਲੋਕਲ ਪ੍ਰਸ਼ਾਸਨ ਨੂੰ ਹਾਜ਼ਰ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ, ਪਰ ਲੋਕਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਲੋਕਲ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਦੇ ਚਲਦਿਆਂ ਉਹ ਇਸ ਦੀ ਸ਼ਿਕਾਇਤ ਸੰਬੰਧੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ। ਸਾਡੇ ਵਿਚਕਾਰ ਅਨੁਰਾਗ ਠਾਕੁਰ ਜੀ ਜਿਹੜੇ ਸਾਡੇ ਵਿੱਚ ਪਹੁੰਚ ਚੁੱਕੇ ਆ ਔਰ ਫਗਵਾੜੇ ਵਿੱਚ ਉਹ ਪਹਿਲੀ ਵਾਰੀ ਮੰਤਰੀ ਬਣਨ ਤੋਂ ਬਾਅਦ ਪਹੁੰਚੇ ਆ ਔਰ ਅਸੀਂ ਉਹਨਾਂ ਦਾ ਇੱਥੇ ਜੀ ਆਇਆਂ, ਉਹਨਾਂ ਨੂੰ ਕਿਹਾ ਆ, ਪਰ ਬੜੀ ਹੈਰਾਨੀ ਦੀ ਗੱਲ ਆ, ਮੈਂ ਬੜਾ ਅਫਸੋਸਜਨਕ ਇਹ ਕਹਿ ਸਕਦਾ ਵੀ ਜਿਹੜਾ ਸਰਕਾਰੀ ਪ੍ਰੋਗਰਾਮ ਆ TPJDC ਉਹ ਦਿੱਤੀ ਗਈ ਸੀ ਪੂਰੇ ਪ੍ਰਸ਼ਾਸਨ ਨੂੰ, ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਨਾ ਤਾਂ ਇੱਥੇ ਡਿਊਟੀ ਆਫਿਸਰ ਤਹਿਸੀਲਦਾਰ ਸਾਹਿਬਾਨ 'ਚੋਂ ਕੋਈ ਪਹੁੰਚਿਆ ਔਰ ਨਾ ਹੀ ਸੰਬੰਧਿਤ ਥਾਣੇ ਨਾਲ ਇੱਥੇ ਕੋਈ ਬੰਦਾ ਪਹੁੰਚਿਆ। ਜਿਹੜੀ ਕੇਵਲ ਦਾ ਕੇਵਲ ਹਿਮਾਚਲ ਦੀ ਪੁਲਿਸ ਇੱਥੇ ਆਈ ਆ, ਸਾਨੂੰ ਬੜੀ ਹੈਰਾਨੀ ਹੋ ਰਹੀ ਹੈ। ਇੱਦਾਂ ਦੇ ਜੇਕਰ ਇੱਥੇ ਵਿਤਕਰੇ ਹੋਣੇ ਇਹ ਸਰਕਾਰ ਵੱਲੋਂ ਤਾਂ ਇਹ ਕੀ ਭਾਲਦੇ ਆ ਇਹ ਵੀ ਸਾਨੂੰ ਕੇਂਦਰ ਕੀ ਇੱਥੇ ਪੰਜਾਬ ਨੂੰ ਦੇ ਕੇ ਜਾਊਗਾ। ਸੋ ਇਹ ਜਿਹੜੇ ਪ੍ਰਸ਼ਾਸਨ ਜਿਹੜੇ ਨਲੇਕੀ ਆ ਜਿਹੜੇ ਨਹੀਂ ਪਹੁੰਚੇ, ਮੈਂ ਮੰਗ ਕਰਦਾ ਉਹਨਾਂ ਵਿਅਕਤੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਬਿਊਰੋ ਰਿਪੋਰਟ ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।